ਇੱਕ ਬਹੁਤ ਅੱਛੀ ਗੱਲ ਆ ਕਿ ਫਾਈਨਲੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਆ ਉਹਦੇ ਬਣਨ ਵੱਲ ਇੱਕ ਹੋਰ ਕਦਮ ਚੁੱਕਿਆ ਗਿਆ ਵਾ। ਹਾਲਾਂਕਿ ਜਿਵੇਂ ਆਪਣੇ ਐਕਸਪਰਟਸ ਨੇ ਵੀ ਕਿਹਾ, ਕਾਲਰਸ ਨੇ ਵੀ ਕਿਹਾ ਕਿ ਪਹਿਲੀ ਵਾਰੀ ਨਹੀਂ ਕਿ ਇਹਦਾ ਡਰਾਫਟ ਬਣਿਆ ਵਾ, ਪਹਿਲਾਂ 2013 'ਚ ਡਰਾਫਟ ਬਣਿਆ, ਫਿਰ 2018 'ਚ ਡਰਾਫਟ ਬਣਿਆ, ਲੇਕਿਨ ਉਹਨੂੰ ਲਾਗੂ ਨਹੀਂ ਕੀਤਾ ਗਿਆ। ਕੀ ਵਜ੍ਹਾ ਸੀ ਉਹਦੀ? ਉਹਦੀ ਬੇਸਿਕ ਵਜ੍ਹਾ ਇਹੋ ਹੀ ਸੀ ਕਿ ਪੋਲੀਟੀਕਲ ਵਿਲ, ਸਿਆਸੀ ਵਿਲ ਹੈ ਨਹੀਂ ਸੀ, ਕਿਉਂਕਿ ਉਹਦੇ ਵਿੱਚ ਜੇ ਉਹਨੂੰ ਲਾਗੂ ਕੀਤਾ ਜਾਂਦਾ ਤਾਂ ਸਰਕਾਰਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਾਡੀਆਂ ਵੋਟਾਂ ਜਿਹੜੀਆਂ ਵਾ ਉਹਨਾਂ ਦੇ ਵਿੱਚ ਕਟੌਤੀ ਹੋਵੇਗੀ, ਵੋਟਾਂ ਕਈ ਵਰਗਾਂ ਤੋਂ ਸਾਨੂੰ ਨਹੀਂ ਮਿਲਣਗੀਆਂ, ਇਸ ਕਰਕੇ ਉਹ ਲਾਗੂ ਨਹੀਂ ਕੀਤਾ ਗਿਆ। ਔਰ ਇਸੇ ਕਰਕੇ ਇਸ ਪੋਲਿਸੀ ਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵਾ ਜਿਨ੍ਹਾਂ ਨੂੰ ਲਾਗੂ ਕਰਨਾ ਬਹੁਤ ਮੁਸ਼ਕਲ ਆ, ਕਿਉਂਕਿ ਸਰਕਾਰ ਕੋਲ ਪੈਸਾ ਹੀ ਹੈ ਨਹੀਂ। ਲੇਕਿਨ ਇੱਕ ਗੱਲ ਚੰਗੀ ਹੈ, ਜਿਵੇਂ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਕਿਹਾ ਵਾ ਕਿ ਇਹਨਾਂ ਇਸ਼ੂਜ਼ ਨੂੰ ਫਲੈਗ ਕੀਤਾ, ਬਹੁਤ ਸਾਰੇ ਇਸ਼ੂਜ਼ ਨੂੰ ਇਹਨਾਂ ਨੇ ਫਲੈਗ ਕੀਤਾ ਵਾ ਕਿ ਆਹ ਮਸਲੇ ਜ਼ਰੂਰੀ ਆ। ਹਾਂ, ਪੈਸਾ ਹੈ ਨਹੀਂ ਗਾ, ਉਹ ਇੱਕ ਵੱਖਰੀ ਗੱਲ ਆ। ਸੋ ਇਸ ਕਰਕੇ ਇਹਦੇ 'ਚ ਮੈਨੂੰ ਅਫਸੋਸ ਆ ਕਿ ਜਿਹੜੀਆਂ ਦੋ ਪੋਲਿਸੀਆਂ ਦੇ ਵਿੱਚ ਜਿਹੜਾ ਜ਼ਿਕਰ ਸੀ ਕਿ ਜਿਹੜੀ ਰੈਸ਼ਨਲਾਈਜੇਸ਼ਨ, ਜਿਹੜੀ ਪਾਵਰ ਸਬਸਿਡੀ ਆ ਉਹਨੂੰ ਰੈਸ਼ਨਲਾਈਜ਼ ਕਰਨ ਦੀ ਗੱਲ ਆ, ਵੱਡੇ ਕਿਸਾਨਾਂ ਨੂੰ ਪਾਵਰ ਮੁਫਤ ਬਿਜਲੀ ਨਹੀਂ ਦੇਣ ਦੀ ਲੋੜ, ਉਹਦਾ ਪਹਿਲੇ ਦੋ ਡਰਾਫਟ ਦੇ ਜ਼ਿਕਰ ਸੀ, ਇਹਦੇ 'ਚ ਉਹਦਾ ਜ਼ਿਕਰ ਵੀ ਹੈ ਨਹੀਂ, ਕਿਉਂਕਿ ਇਹਨਾਂ ਨੂੰ ਲੱਗਦਾ ਵਾ ਵੀ ਕਿਸੇ ਕਿਸਾਨਾਂ ਦੀ ਵੋਟ ਘੱਟ ਨਾ ਜਾਵੇ। ਸੋ ਮੇਰਾ ਖਿਆਲ ਆ ਕਿ ਜਿੰਨਾ ਚਿਰ ਤੱਕ ਅਸੀਂ ਰਿਐਲਿਟੀ ਵੱਲ ਨਹੀਂ ਝਾਤੀ ਮਾਰਾਂਗੇ, ਉਨੇ ਚਿਰ ਤੱਕ ਕੋਈ ਚੀਜ਼ ਵੀ ਪੋਸੀਬਲ ਨਹੀਂ। ਹੁਣੇ ਪੈਸੇ ਦੀ ਗੱਲ ਹੋਈ ਆ, ਵਾਕਈ ਇਹਦੇ 'ਚ 5 ਸਾਲਾਂ ਤੋਂ 5 ਏਕੜ ਤੋਂ ਘੱਟ ਕਿਸਾਨ ਜੇ ਛੋਟੇ ਕਿਸਾਨ ਨੇ ਉਹਨਾਂ ਦੇ ਕਰਜ਼ੇ ਮਾਫੀ ਦੀ ਗੱਲ ਹੋਈ ਆ, MSP ਦੀ ਗੱਲ ਕੀਤੀ ਗਈ ਆ, ਕੇਂਦਰ ਨੇ ਤਾਂ ਆਪਣੀ ਪੋਲਿਸੀ ਕਲੀਅਰ ਕਰ ਹੀ ਦਿੱਤੀ ਆ ਕਿ ਇੰਨੀ ਕੁ ਅਸੀਂ MSP ਦੇ ਸਕਦੇ ਹਾਂ। ਪੈਨਸ਼ਨ 60 ਸਾਲ ਤੋਂ ਵੱਧ ਉਮਰ ਵਾਲੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਪੈਨਸ਼ਨ ਦੀ ਵੀ ਗੱਲ ਕੀਤੀ, ਪਰ ਇਹਦੇ ਵਾਸਤੇ ਪੈਸਾ ਕਿੱਥੋਂ ਆਉਣਾ? ਜਿਵੇਂ ਹੁਣ ਰਣਜੀਤ ਸਿੰਘ ਘੁੰਮਣ ਨੇ ਕਿਹਾ 3.5 ਲੱਖ ਕਰੋੜ ਦਾ ਆਲਰੇਡੀ ਕਰਜ਼ਾ ਵਾ, ਬਾਕੀ ਕਰਜ਼ਾ ਕਿੱਥੋਂ? ਕਿੰਨਾ ਕਰਜ਼ਾ ਹੋਰ ਚੁੱਕ ਕੇ ਤੁਸੀਂ ਇਹ ਸਭ ਕੁਛ ਦਿਓਗੇ? 1000 ਰੁਪਈਆ ਹਾਲੀ ਔਰਤਾਂ ਨੂੰ ਜਿਹੜਾ ਦੇਣ ਦਾ ਵਾਅਦਾ ਸੀ ਉਹ ਪੂਰਾ ਨਹੀਂ ਕੀਤਾ ਗਿਆ। ਵਿਭਿੰਨਤਾ ਵੱਲ ਠੀਕ ਆ, ਬੋਸਟਨ ਗਰੁੱਪ ਨਾਲ ਵੀ ਡਿਸਕਸ਼ਨ ਕੀਤੀ, ਇਹਦੇ 'ਚ ਵੀ ਵਿਭਿੰਨਤਾ ਦਾ ਜ਼ਿਕਰ ਆ, ਡਾਈਵਰਸੀਫਿਕੇਸ਼ਨ ਦਾ ਜ਼ਿਕਰ ਆ, ਪਰ ਇਹਦੇ ਵਾਸਤੇ ਕੀ ਮੋਡੈਲਿਟੀਜ਼ ਕੀ ਹੋਣਗੀਆਂ, ਇਹਨੂੰ ਕਿਵੇਂ ਲਾਗੂ ਕੀਤਾ ਜਾਊਗਾ, ਪਲਾਨ ਕੀ ਆ, ਉਹਦੇ ਬਾਰੇ ਕੋਈ ਜ਼ਿਕਰ ਨਹੀਂ। ਮੂੰਗੀ ਦਾ ਐਕਸਪੀਰੀਅੰਸ ਆਪਾਂ ਪਿਛਲੀ ਵਾਰੀ ਵੇਖ ਹੀ ਲਿਆ ਕਿੰਨਾ ਮਾੜਾ ਰਿਹਾ ਵਾ, ਔਰ ਉਹਦੇ ਕਰਕੇ ਹੁਣ ਲੋਕ ਝਿਜਕਦੇ ਆ ਇਸ ਝੋਨੇ ਕਣਕ ਦੇ ਸਾਈਕਲ 'ਚੋਂ ਨਿਕਲਣ ਵਾਸਤੇ। ਸੋ ਮੇਰਾ ਖਿਆਲ ਆ ਕਿ ਇਹ ਪੋਲਿਸੀ ਜਿਹੜੀ ਆ ਇਹਨੂੰ ਵਾਕਈ ਲਿਆਉਣ ਵਾਸਤੇ ਪਹਿਲਾਂ ਇਹਦੇ ਦੋ ਹਿੱਸੇ ਬਣਾਉਣੇ ਚਾਹੀਦੇ ਆ। ਇੱਕ ਜਿਵੇਂ ਆਪਣੇ ਸੰਵਿਧਾਨ ਦੇ ਵਿੱਚ ਦੋ ਹਿੱਸੇ ਆ, ਇੱਕ ਫੰਡਾਮੈਂਟਲ ਰਾਈਟਸ, ਇੱਕ ਡਾਇਰੈਕਟਿਵ ਪ੍ਰਿੰਸੀਪਲਸ। ਫੰਡਾਮੈਂਟਲ ਰਾਈਟਸ ਲਾਗੂ ਕੀਤੀਆਂ ਹੋਈਆਂ ਵਾ, ਡਾਇਰੈਕਟਿਵ ਪ੍ਰਿੰਸੀਪਲ 'ਚ ਲਾਗੂ ਹੋਣੀਆਂ ਚਾਹੀਦੀਆਂ ਵਾ। ਸੋ ਇਹਦੇ 'ਚ ਵੀ ਚਾਹੀਦਾ ਇਹ ਸੀ ਵੀ ਇਹਦੇ ਦੋ ਹਿੱਸੇ ਬਣਾਉਂਦੇ ਜੋ ਇਮੀਡੀਏਟਲੀ ਲਾਗੂ ਕੀਤੀਆਂ ਜਾ ਸਕਦੀਆਂ ਚੀਜ਼ਾਂ, ਔਰ ਦੂਜੀਆਂ ਜੋ ਹੋਣੀਆਂ ਚਾਹੀਦੀਆਂ ਪਰ ਹਾਲੀ ਨਹੀਂ ਲਾਗੂ ਹੋ ਸਕਦੀਆਂ ਕਿਉਂਕਿ ਪੈਸਾ ਹੈ ਨਹੀਂ। ਸੋ ਮੇਰਾ ਖਿਆਲ ਆ ਜੇ ਆਪਾਂ ਇਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਦੇ ਤਾਂ ਕਲੈਰਿਟੀ ਹੋ ਜਾਣੀ ਸੀ ਵੀ ਇਹ ਕਰਨ ਦੀ ਲੋੜ ਹੈ ਪਰ ਹਾਲੀ ਨਹੀਂ ਕਿ ਅਸੀਂ ਕਰ ਸਕਦੇ। ਇਸੇ ਤਰ੍ਹਾਂ ਮੇਰਾ ਖਿਆਲ ਆ ਕਿ ਸਟੇਕ ਹੋਲਡਰਸ ਦੇ ਨਾਲ ਨਾਲ ਸਰਕਾਰ ਨੇ ਸਟੇਕ ਹੋਲਡਰਸ ਨੂੰ ਇਹਦਾ ਡਰਾਫਟ ਦੀ ਕਾਪੀ ਦਿੱਤੀ ਆ, ਸਟੇਕ ਹੋਲਡਰਸ ਦੇ ਨਾਲ ਨਾਲ ਇਹ ਵੱਖਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਵਾ, ਵਿਰੋਧੀ ਪਾਰਟੀਆਂ ਵਾ, ਉਹਨਾਂ ਨੂੰ ਵੀ ਇਹਦਾ ਡਰਾਫਟ ਦਿੱਤਾ ਜਾਵੇ, ਕਿਉਂਕਿ ਪੋਲਿਸੀ ਜਿਹੜੀ ਆ ਸਿਰਫ 2 ਸਾਲ ਵਾਸਤੇ ਨਹੀਂ ਬਣਨੀ, ਪੋਲਿਸੀ ਅਗਲੇ 10, 20, 30, 50 ਸਾਲ ਵਾਸਤੇ ਬਣਨੀ ਆ, ਉਹਦੇ 'ਚ ਕੰਟੀਨਿਊਟੀ ਦੀ ਲੋੜ ਆ। ਅਗਲੇ 2.5 ਸਾਲ ਬਾਅਦ ਹੋ ਸਕਦਾ ਦੂਜੀ ਸਰਕਾਰ ਆ ਜਾਵੇ, ਉਦੋਂ ਵੀ ਇਹ ਪੋਲਿਸੀ ਕੰਟੀਨਿਊ ਰਹਿਣੀ ਚਾਹੀਦੀ ਹੈ। ਕੰਟੀਨਿਊ ਤਦ ਹੀ ਰਹੂਗੀ ਜੇ ਉਹਨਾਂ ਨੂੰ ਤੁਸੀਂ ਨਾਲ ਦੂਜੀਆਂ ਪਾਰਟੀਆਂ ਨੂੰ ਉਹਨਾਂ ਦਾ ਸਹਿਯੋਗ ਲਓਗੇ, ਉਹਨਾਂ ਨੂੰ ਇਹਦੇ ਵਿੱਚ ਰਲਾਓਗੇ। ਸੋ ਮੇਰਾ ਖਿਆਲ ਆ ਕਿ ਇਹ ਪੋਲਿਸੀ ਲਾਗੂ ਕਰਨ ਵਾਸਤੇ ਇੱਕ ਓਵਰ ਆਰਚਿੰਗ ਕਮੇਟੀ ਬਣਨੀ ਚਾਹੀਦੀ ਹੈ ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਆਗੂ ਹੋਣੇ ਚਾਹੀਦੇ ਆ, ਤਾਂ ਕਿ ਜਦੋਂ ਉਹਨੂੰ ਲਾਗੂ ਕਰੋਗੇ ਉਦੋਂ ਸਾਰੀਆਂ ਪਾਰਟੀਆਂ ਦੀ ਇਹਦੇ 'ਚ ਸਹਿਮਤੀ, ਕਿਸੇ ਹੱਦ ਤੱਕ ਸਹਿਮਤੀ ਜ਼ਰੂਰ ਹੋਵੇ, ਕਿਉਂਕਿ ਜੇ ਸਰਕਾਰ ਬਦਲੂਗੀ ਤਾਂ ਤਦ ਵੀ ਉਹੀ ਪੋਲਿਸੀ ਕੰਟੀਨਿਊ ਕਰੂਗੀ, ਤਦ ਹੀ ਸਾਡੇ ਕਿਸਾਨਾਂ ਦਾ ਭਲਾ ਹੋ ਸਕਦਾ ਵਾ। ਇਸ ਖੇਤੀ ਪੋਲਿਸੀ ਦੀ ਪੰਜਾਬ ਨੂੰ ਲੋੜ ਹੈ, ਇਹਦੀ ਮੰਗ ਰਹੀ ਆ, ਲੇਕਿਨ ਇਹਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ।